ਤੁਸੀਂ ਦੇਖੋ ਪਰਮਿੰਦਰ ਜੀ, ਮੈਂ 2017 ਦੇ ਵਿੱਚ ਜਦੋਂ ਆਇਆ ਸੀ ਪਹਿਲੀ ਜੀ ਦਫਾ ਆਸਟ੍ਰੇਲੀਆ ਦੇ ਵਿੱਚ, ਜੀ ਤੇ ਮੈਂ ਗਲੈਨਵੁੱਡ ਗੁਰਦੁਆਰੇ ਦੇ ਵਿੱਚ ਮੈਨੂੰ ਬੁਲਾਇਆ ਗਿਆ, ਸਭ ਤੋਂ ਤੇ ਵੱਡਾ ਗੁਰਦੁਆਰਾ ਉੱਥੇ ਸਭ ਸਿਰ ਤੋਂ ਦੇ ਨਾਲ ਬਿਲਕੁਲ, ਤੇ ਮੈਂ ਜਦੋਂ ਸੰਗਤ ਦੇ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਕੁਝ ਲੋਕਾਂ ਨੇ ਮੈਨੂੰ ਸਵਾਲ ਕੀਤੇ ਲੇਡੀਜ਼ ਨੇ ਕਿ ਜੀ ਉੱਥੇ ਜੀ ਕਿਹਾ ਜਾਂਦਾ ਪਾਕਿਸਤਾਨ ਦੇ ਵਿੱਚ ਇੱਜ਼ਤਾਂ ਮਹਿਫੂਜ਼ ਨਹੀਂ ਐਂਡ ਇਹ ਨਹੀਂ ਹੈ। ਮੈਂ ਜੀ ਉਹਨਾਂ ਨੂੰ ਕਿਹਾ ਕਿ ਤੁਸੀਂ ਕੈਸੀ ਗੱਲ ਕਰ ਰਹੇ ਹੋ, ਤੁਸੀਂ ਜੋ ਮੀਡੀਆ ਵੇਖਦੇ ਹੋ ਉਹ ਮੀਡੀਆ ਬਿਲਕੁਲ ਹੀ ਗਲਤ ਬਿਆਨੀ ਕਰਦਾ ਹੈ ਜੀ ਪਾਕਿਸਤਾਨ ਦੇ ਬਾਰੇ ਚ, ਨੈਗੇਟਿਵ ਚੀਜ਼ਾਂ ਦਿੰਦਾ ਹੈ। ਪਾਕਿਸਤਾਨ ਦੇ ਵਿੱਚ ਤੇ ਸਿੱਖ ਦੀ ਇੱਜ਼ਤ ਹੀ ਬੜੀ ਹੈ, ਜੀ ਤੁਸੀਂ ਯਕੀਨ ਕਰੋ। ਫਿਰ ਮੈਂ 2019 ਵਿੱਚ ਦੁਬਾਰਾ ਫਰਵਰੀ ਦੇ ਵਿੱਚ ਆਇਆ ਜੀ ਆਸਟ੍ਰੇਲੀਆ, ਤੇ ਉਹਨਾਂ ਨੇ ਬੇਸਿਕਲੀ ਕਰਤਾਰਪੁਰ ਦਾ ਕੋਰੀਡੋਰ ਵੀ ਖੋਲਣਾ ਸੀ ਨਵੰਬਰ ਦੇ ਵਿੱਚ, ਔਰ ਯਕੀਨ ਕਰੋ ਕਿ ਪਰਮਿੰਦਰ ਜੀ ਇੰਨੀ ਸੰਗਤ ਆਸਟ੍ਰੇਲੀਆ ਮੈਲਬਨ ਤੋਂ ਪਾਕਿਸਤਾਨ ਆਈ ਹੈ ਕਿ ਬੰਦਾ ਸੋਚ ਵੀ ਨਹੀਂ ਸਕਦਾ। ਔਰ ਨਿਊਜ਼ੀਲੈਂਡ ਤੋਂ ਵੀ ਸਾਡੇ ਦੋਸਤ ਆ ਰਹੇ ਨੇ, ਮਗਰ ਉਹ ਵੱਡੇ ਗਰੁੱਪਸ ਨਹੀਂ ਆ ਰਹੇ, ਕੁਝ ਅੱਛਾ 5 ਦਾ ਗਰੁੱਪ 10 ਦਾ ਗਰੁੱਪ ਬਣਾ ਕੇ ਆ ਰਹੇ ਨੇ, ਤੇ ਮੈਂ ਚਾਹੁੰਦਾ ਕਿ ਇੱਥੋਂ ਵੱਡੇ ਵੱਡੇ ਜੱਥੇ ਜਿਹੜੇ ਨੇ ਆਪਣੇ ਸਿੱਖ ਭਾਈਆਂ ਦੇ ਭੈਣਾਂ ਦੇ ਜ਼ਰੂਰ ਪਾਕਿਸਤਾਨ ਦੀ ਤਰਫ ਆਉਣ ਸਾਡੇ ਕੋਲ। ਬਹੁਤ ਸੋਹਣੀ ਗੱਲ ਹੈ ਜੀ, ਤੁਸੀਂ ਆਪਣੇ ਵੱਲੋਂ ਸੱਦਾ ਪੱਤਰ ਦੇ ਦਿੱਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਸੁਨੇਹਾ ਜਿਹੜਾ ਸਾਡੇ ਪਿਆਰਾਂ ਤੱਕ ਪਹੁੰਚ ਗਿਆ ਹੋਵੇਗਾ। ਨਿਊਜ਼ੀਲੈਂਡ ਭਾਵੇਂ ਇੱਕ ਛੋਟਾ ਮੁਲਕ ਹੈ ਰਾਏ ਸਾਹਿਬ, ਇੱਥੇ ਪੰਜਾਬੀਆਂ ਦੀ ਵੱਡੀ ਵਸੋਂ ਜਿਹੜੀ ਹੈ ਉਹ ਹੈਮਿਲਟਨ, ਖਾਸ ਤੌਰ ਤੇ ਆਕਲੈਂਡ ਦੇ ਵਿੱਚ, ਬਿਲਕੁਲ ਤੇ ਇੱਕ ਕੀਵੀ ਫਰੂਟ ਇੰਡਸਟਰੀ ਜਿਹੜੀ ਹੈ, ਤੁਸੀਂ ਫਾਰਮ ਹਾਊਸ ਤੇ ਜਾ ਆਏ ਹੋ ਬਿਲਕੁਲ ਚੰਡੀ ਢਿੱਲੋਂ ਸਾਹਿਬ ਦੇ ਵਿੱਚ, ਤੋਰੰਗਾ ਇੱਕ ਨਗਰ ਆ ਜਿੱਥੇ ਕੀਵੀ ਫਰੂਟ ਇੰਡਸਟਰੀ ਬਹੁਤ ਆ, ਹੇਸ ਸਿੰਘ ਇਲਾਕਾ ਜਿੱਥੋਂ ਜਰਨੈਲ ਸਿੰਘ ਹਜ਼ਾਰਾਂ ਹੁਣੀ ਗੱਲਾਂ ਕਰ ਰਹੇ ਸਨ। ਇਹ ਸਾਰੇ ਪਿਆਰਿਆਂ ਦੇ ਕੋਲ ਤੁਸੀਂ ਇਸ ਵਾਰ ਸ਼ਾਇਦ ਨਹੀਂ ਜਾ ਸਕੇ ਜਾਂ ਸਮੇਂ ਦੀ ਕਿੱਲਤ ਕਰਕੇ ਨਹੀਂ ਜਾ ਪਾਓਗੇ। ਅਸੀਂ ਚਾਹਾਂਗੇ ਤੁਸੀਂ ਅਗਲੀ ਵਾਰ ਥੋੜਾ ਖੁੱਲਾ ਸਮਾਂ ਲੈ ਕੇ ਆਓ ਤਾਂ ਕਿ ਤੁਸੀਂ ਉਹਨਾਂ ਨਗਰਾਂ ਨੂੰ ਵੀ ਦੇਖ ਸਕੋ ਜਿੱਥੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਸ਼ਰਧਾਲੂ ਨੇ ਉਹ ਵੱਸਦੇ ਨੇ, ਔਰ ਉਹਨਾਂ ਦੇ ਦਿਲਾਂ 'ਚ ਤੁਹਾਡੇ ਲਈ ਬਹੁਤ ਪਿਆਰ ਆ, ਔਰ ਉਹ ਡੁੰਡਲ ਪੈਂਦੇ ਪਿਆਰ ਨੂੰ ਤੁਸੀਂ ਆਪ ਮਾਣ ਸਕੋ, ਮਹਿਸੂਸ ਕਰ ਸਕੋ, ਅਸੀਂ ਉਮੀਦ ਕਰਦੇ ਹਾਂ। ਸੋ ਹੋਰ ਵਾਲੇ ਕਿੰਨੇ ਕੁ ਦਿਨ ਤੁਸੀਂ ਸਾਡੇ ਪਿਆਰਿਆਂ ਦੇ ਨਾਲ ਸਮਾਂ ਸਪੈਂਡ ਕਰ ਸਕਦੇ ਤਾਂ ਕਿ ਜੇ ਕਿਸੇ ਨੇ ਮਿਲਣਾ ਹੋਵੇ ਤੇ ਉਹਨਾਂ ਲਈ ਥੋੜਾ ਜਿਹਾ ਕੰਮ ਸੌਖਾ ਹੋ ਜਾਏ। ਜੀ ਪਰਮਿੰਦਰ ਜੀ, ਮੇਰੀ ਵੈਨਸਡੇ ਦੀ ਫਲਾਈਟ ਹੈ ਜੀ ਪਰਸੋਂ ਦੀ ਸ਼ਾਮ ਦੀ, ਅੱਛਾ ਤੇ ਮੇਰਾ ਵੀ ਬੜਾ ਦਿਲ ਸੀ ਜੀ ਕਿ ਮੈਂ ਇੱਥੇ ਰੁਕਾਂ, ਬੜਾ ਮਜ਼ਾ ਆ ਰਿਹਾ ਸੀ ਮੈਨੂੰ, ਜੀ ਮਗਰ ਮਸਲਾ ਇਹ ਜੀ ਕਿ ਮੈਨੂੰ ਵਾਪਸ ਪਾਕਿਸਤਾਨ ਵੀ ਜਾਣਾ ਹੈ ਕਿਉਂਕਿ ਵਿਸਾਖੀ ਦਾ ਪ੍ਰੋਗਰਾਮ ਤੁਹਾਨੂੰ ਪਤਾ ਆ ਰਿਹਾ, ਔਰ ਸਾਡੇ ਕੋਲ ਬੜੀ ਸੰਗਤਾਂ ਪਾਕਿਸਤਾਨ ਦੀ ਤਰਫ ਆਣੇ ਉਹਨਾਂ ਨੇ, ਤੇ ਉੱਥੇ ਜਾ ਕੇ ਕੋਈ ਇੰਤਜ਼ਾਮਾਤ ਵਗੈਰਾ ਵੀ ਮੈਂ ਵੇਖਣੇ ਨੇ ਜੀ, ਇਸ ਜੀ ਵਾਸਤੇ ਮੇਰਾ ਬੜਾ ਦਿਲ ਸੀ। ਮੈਂ ਮਗਰ ਵਾਅਦਾ ਕਰਨਾ ਨੈਕਸਟ ਟਾਈਮ ਮੈਂ ਜ਼ਿਆਦਾ ਲੰਮੇ ਵਾਸਤੇ ਤੁਹਾਡੇ ਕੋਲ ਜ਼ਰੂਰ ਆਵਾਂਗਾ ਜੀ। Subscribe now and press the bell icon. Never miss an update.